हल्का विधानसभा फलाओ तो थानू सोने का संयुक्त मोर्चा भाजपा लोक कांग्रेस पार्टी उम्मीदवार लाया थानू अपने हल्के दे विच किदां लंघा रहा मैडम मंत्री साहब। देखो मेरा यह हल्के का तो बहुत वधिया मैं कोई अज का नहीं है इस हल्के 40 साल मैं श्रोमणी अकाली दल के प्लेटफार्म तो इत्थे जो लोग है इन्हां दी सेवा कीती है भावें मैनू श्रोमणी अकाली दल के जिहड़े मौजूदा लीडर आ इन्हां ने मेरे नाल धोखा कर लो जो मर्जी करके इत्थों आउट भी किया 10 साल हो गए पर हाले भी उन्हां लोकां दा प्यार मेरे दिल विच तेरे मेरे प्रति उन्हां दे दिल विच भी हाले भी बरकरार है इसलिए लोग जिहड़े आ उह सानूं अटीकदे आ असीं बड़ी शान दे नाल इत्थे भारतीय जनता पार्टी श्रोमणी अकाली दल संयुक्त ये कैप्टन साहब जिहड़ा मोर्चा पंजाब कांग्रेस आ असीं रल के इत्थों जितांगे। तुसीं पहला कांग्रेस पार्टी भी ज्वाइन कीती सी कैप्टन साहब दे नाल? हाँ जी। ਉਹਦਾ ਛੱਡਣ ਦਾ ਕਾਰਨ ਕੀ ਹੋ ਗਿਆ? ਉਹਦਾ ਕਾਰਨ ਇਹ ਛੱਡਣ ਦਾ ਕਾਂਗਰਸ ਤਾਂ ਆਪਸ ਵਿੱਚ ਹੀ ਉਹ ਤਾਂ ਲੜੀ ਜਾਂਦੇ ਆ ਖਾਨਾ ਜੰਗੀ ਆ ਉਹਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਜਿਹੜੀ ਪਾਰਟੀ ਆਪਣਾ ਘਰ ਨਹੀਂ ਸੰਭਾਲ ਸਕਦੀ ਉਹ ਦੇਸ਼ ਨੂੰ ਕਿੱਦਾਂ ਸੰਭਾਲੇਗੀ ਇਸ ਲਈ ਉਹਨਾਂ ਦੇ ਬਸ ਦੀ ਗੱਲ ਨਹੀਂ ਹੈ ਦੇਸ਼ ਨੂੰ ਸੰਭਾਲਣਾ ਉਹ ਆਪਸ ਵਿੱਚ ਹੀ ਲੜੀ ਜਾਂਦੇ ਆ ਨਾ ਉਹਨਾਂ ਨੂੰ ਦੇਸ਼ ਦਾ ਫਿਕਰ ਹੈ ਨਾ ਉਹਨਾਂ ਨੂੰ ਸੂਬੇ ਦਾ ਫਿਕਰ ਹੈ ਉਹ ਤਾਂ ਆਪਣੀ ਆਪਣੀ ਲੜਾਈ ਜਿਹੜੀ ਆ ਉਹ ਲੜ ਰਿਹਾ ਦੇਸ਼ ਲਈ ਨਹੀਂ ਲੜ ਰਿਹਾ ਸੂਬੇ ਲਈ ਨਹੀਂ ਲੜ ਰਿਹਾ ਅਤੇ ਇਸ ਕਰਕੇ ਫਿਰ ਮੈਂ ਇਹ ਕਾਂਗਰਸ ਜਿਹੜੀ ਮੈਂ 5 ਸਾਲ ਦੇਖ ਕੇ ਇਹਨੂੰ ਵੀ ਮੈਂ ਅਲਵਿਦਾ ਕਹਿ ਦਿੱਤਾ ਅਤੇ ਮੈਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮੇਰੀ ਸਾਡੀ ਪੁਰਾਣੀ ਪਾਰਟੀ ਹੈ ਅਕਾਲੀ ਦਲ ਜਿਹੜਾ ਅਸੀਂ ਇਹ ਤਾਂ ਜਵਾਨੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੇ ਲੇਖੇ ਲਾਈ ਲੋਕਾਂ ਦੀ ਸੇਵਾ ਕੀਤੀ ਅਤੇ ਇਸੇ ਕਰਕੇ ਅੱਜ ਲੋਕ ਸਾਨੂੰ ਚਾਵਾਂ ਅਤੇ ਮਲਾਰਾਂ ਨਾਲ ਸਾਨੂੰ ਉਡੀਕਦੇ ਆ ਅਸੀਂ ਵਧੀਆ ਸ਼ਾਨ ਨਾਲ ਜਿੱਦਾਂ ਤੁਸੀਂ ਪਿੰਡ ਪਿੰਡ ਜਾ ਕੇ ਮੀਟਿੰਗ ਕਰਕੇ ਤੁਹਾਨੂੰ ਕਿੱਦਾਂ ਹੰਗਾਰਾ ਮਿਲਿਆ ਜੀ ਹੁਣ? ਨਹੀਂ ਬਹੁਤ ਅੱਛਾ ਹੰਗਾਰਾ ਜੀ ਹਾਲੇ ਤਾਂ ਸਾਨੂੰ ਜਿੱਦਾਂ ਟੈਲੀਫੋਨ ਆ ਰਿਹਾ ਲੋਕਾਂ ਦੇ ਹਾਲੇ ਸਾਤੇ ਉੱਥੇ ਪੂਰੀ ਪਹੁੰਚ ਨਹੀਂ ਹੋ ਰਹੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਪਰ ਅਸੀਂ ਉਹ ਲੋਕਾਂ ਦੇ ਹੰਗਾਰੇ ਨੂੰ ਲੈ ਕੇ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਮੀਟਿੰਗਾਂ ਕਰ ਰਹੇ ਹਾਂ ਅਤੇ ਵਧੀਆ ਜਿੱਤਾਂਗੇ।